ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਕਈ ਸਮੇਂ ਤੋਂ ਅਸੀਂ ਦੀਪ ਬਾਈ ਦੇ ਕਾਰ ਐਕਸੀਡੈਂਟ ਬਾਰੇ ਵੱਖ ਵੱਖ ਗੱਲਾਂ ਸੁਣ ਰਹੇ ਹਾਂ, ਪਰ ਕਿਤੇ ਪਾਸਿਓਂ ਵੀ ਸੰਤੁਸ਼ਟੀ ਨਹੀਂ ਮਿਲੀ। ਪਰ ਪਿਛਲੇ ਦਿਨ ਇੱਕ ਨਿਹੰਗ ਸਿੰਘ ਨਾਲ ਹੋਈ ਗੱਲਬਾਤ ਵਿੱਚ ਉਹਨਾਂ ਨੇ ਖੁਲਾਸਾ ਕਰ ਦਿੱਤਾ ਹੈ ਕਿ ਇਹ ਕੋਈ ਕਾਰ ਐਕਸੀਡੈਂਟ ਨਹੀਂ ਸੀ ਬਲਕਿ ਇੱਕ ਕਤਲ ਸੀ, ਜੋ ਕਿ ਪੂਰੀ ਸਾਜ਼ਿਸ਼ ਦੇ ਨਾਲ, ਪਲੈਨਿੰਗ ਦੇ ਨਾਲ ਇਸ ਕੰਮ ਨੂੰ ਨੇਪਰੇ ਚਾੜਿਆ ਗਿਆ। ਉਸ ਨਿਹੰਗ ਸਿੰਘ ਨੇ ਕੁਝ ਕੁ ਤੱਥ ਕੱਢ ਕੇ ਲੋਕਾਂ ਦੇ ਸਾਹਮਣੇ ਰੱਖੇ ਨੇ, ਜਿਸ ਤੋਂ ਤੁਹਾਨੂੰ ਵੀ ਪੂਰੀ ਤਰ੍ਹਾਂ ਹੋਈ ਪਲੈਨਿੰਗ ਦੀ ਸਮਝ ਲੱਗ ਜਾਵੇਗੀ। ਉਹਨਾਂ ਦੱਸਿਆ ਕਿ ਇਹ ਜਿਹੜੀਆਂ ਕੁੱਤੀਆਂ ਸਰਕਾਰਾਂ ਨੇ, ਇਹ ਉਸ ਸਮੇਂ ਉਹਨਾਂ ਆਵਾਜ਼ਾਂ ਨੂੰ ਜ਼ਰੂਰ ਦਬਾਉਂਦੇ ਨੇ ਜੋ ਹਮੇਸ਼ਾ ਸੱਚ ਬੋਲਦੀਆਂ ਨੇ। ਦੀਪ ਬਾਈ ਵੀ ਅੱਜ ਉਹਨਾਂ ਦਾ ਸ਼ਿਕਾਰ ਬਣ ਗਿਆ। ਉਹਨਾਂ ਨੇ ਪਹਿਲਾ ਤੱਥ ਇਹ ਕੱਢਿਆ ਹੈ ਕਿ ਜਦੋਂ ਸਾਡੇ ਪੰਜਾਬ ਦੇ ਵਿੱਚ ਕਾਰ ਐਕਸੀਡੈਂਟ ਹੁੰਦਾ ਹੈ ਤਾਂ 8-8 ਦਿਨ ਗੱਡੀਆਂ ਖੜ੍ਹੀਆਂ ਰਹਿੰਦੀਆਂ ਹਨ, ਉਹਨਾਂ ਨੂੰ 8-8 ਦਿਨ ਤੱਕ ਚੁੱਕਿਆ ਨਹੀਂ ਜਾਂਦਾ ਜਦੋਂ ਤੱਕ ਵੈਰੀਫਿਕੇਸ਼ਨ ਪੂਰੀ ਨਾ ਹੋ ਜਾਵੇ। ਪਰ ਉੱਥੇ ਕੀ ਹੋਇਆ, 15 ਮਿੰਟ ਦੇ ਵਿੱਚ ਸਾਰੀਆਂ ਗੱਡੀਆਂ ਚੁੱਕ ਕੇ ਸਾਈਡ ਕਰ ਦਿੱਤੀਆਂ ਗਈਆਂ। ਉਹਨਾਂ ਨੇ ਦੂਸਰਾ ਤੱਤ ਇਹ ਕੱਢਿਆ ਕਿ ਉੱਥੇ 500 ਲੀਟਰ ਪਾਣੀ ਕਿੱਥੋਂ ਆਇਆ। ਅਸੀਂ ਆਮ ਵੇਖਦੇ ਹਾਂ ਕਿ ਜਦੋਂ ਅਸੀਂ ਦਿੱਲੀ ਨੂੰ ਜਾਂਦੇ ਹਾਂ ਤਾਂ ਉੱਥੇ 10-10 ਰੁਪਏ ਦਾ ਗਲਾਸ ਪਾਣੀ ਦਾ ਮਿਲਦਾ ਹੈ, ਅਤੇ ਉੱਥੇ ਅੱਧੀ ਰਾਤ ਨੂੰ ਕਿਸ ਵਾਸਤੇ ਉੱਥੇ ਪਾਣੀ ਆਇਆ। ਉਹਨਾਂ ਨੇ ਇਹ ਦੱਸਦਿਆਂ ਹੋਇਆਂ ਕਿਹਾ ਕਿ ਇਹ ਜਿਹੜਾ ਪਾਣੀ ਸੀ ਉੱਥੇ ਪਏ ਨਿਸ਼ਾਨ ਅਤੇ ਦੀਪ ਬਾਈ ਦੇ ਖੂਨ ਨੂੰ ਸਾਫ਼ ਕਰਨ ਵਾਸਤੇ ਮੰਗਾਇਆ ਗਿਆ ਸੀ, ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ ਕਿ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਉਹਨਾਂ ਨੇ ਦੱਸਿਆ ਕਿ ਇਸ ਤੋਂ ਸਾਫ਼ ਪਤਾ ਲੱਗ ਜਾਂਦਾ ਹੈ ਕਿ ਇਹ ਕੋਈ ਕਾਰ ਐਕਸੀਡੈਂਟ ਨਹੀਂ ਬਲਕਿ ਕੋਈ ਕਤਲ ਕਰਵਾਇਆ ਗਿਆ ਹੈ। ਸੰਗਤ ਜੀ, ਇਹਨਾਂ ਗੱਲਾਂ ਤੋਂ ਸਾਫ਼ ਹੋ ਜਾਂਦਾ ਹੈ ਕਿ ਅਸੀਂ ਅਜੇ ਗੁਲਾਮ ਹਾਂ। ਅੱਜ ਦੀਪ ਬਾਈ ਦੀ ਆਵਾਜ਼ ਨੂੰ ਦਬਾਇਆ ਗਿਆ ਹੈ, ਕੱਲ੍ਹ ਜੇ ਕੋਈ ਹੋਰ ਸੱਚ ਬੋਲੇਗਾ ਤਾਂ ਉਸਦੀ ਆਵਾਜ਼ ਨੂੰ ਵੀ ਇਹ ਸਰਕਾਰਾਂ ਜ਼ਰੂਰ ਦਬਾਉਣਗੀਆਂ। ਉਹਨਾਂ ਨਿਹੰਗ ਸਿੰਘ ਨੇ ਦੱਸਿਆ ਕਿ ਜੇਕਰ ਅਸੀਂ ਇਨਸਾਫ਼ ਦੀ ਗੱਲ ਕਰਦੇ ਹਾਂ ਤਾਂ 84 ਵਿੱਚ ਸਿੱਖਾਂ ਦੇ ਇੰਨੇ ਮੁਕਾਬਲੇ ਬਣੇ, ਇੰਨੇ ਕਤਲ ਹੋਏ, ਇੰਨੇ ਸਿੰਘਾਂ ਨੂੰ ਸ਼ਹੀਦ ਕਰਕੇ ਮਾਰ ਦਿੱਤਾ ਗਿਆ, ਅਸੀਂ ਕੀ ਸੋਚਦੇ ਹਾਂ? ਉਹਨਾਂ ਨੂੰ ਅਜੇ ਤੱਕ ਕੋਈ ਇਨਸਾਫ਼ ਨਹੀਂ ਮਿਲਿਆ। ਸੰਗਤ ਜੀ, ਉਹਨਾਂ ਸ਼ਹੀਦਾਂ ਦੇ ਪਰਿਵਾਰ ਅਜੇ ਵੀ ਕੋਰਟਾਂ ਦੇ ਵਿੱਚ ਜਾ ਕੇ ਧੱਕੇ ਖਾ ਰਹੇ ਹਨ, ਜਿਨ੍ਹਾਂ ਦੀ ਅੱਜ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਇਹ ਸਰਕਾਰਾਂ ਕਰਨਗੀਆਂ। ਸੋ ਆਪਾਂ ਇਹ ਭੁਲੇਖੇ ਵਿੱਚ ਨਾ ਰਹਿ ਜਾਈਏ ਕਿ ਇਹ ਇੱਕ ਕਾਰ ਐਕਸੀਡੈਂਟ ਸੀ। ਨਹੀਂ ਸੰਗਤ ਜੀ, ਇਹ ਇੱਕ ਪੂਰੀ ਸੋਚੀ ਸਮਝੀ ਸਾਜ਼ਿਸ਼ ਸੀ। ਇਹ ਬਹੁਤ ਤਕੜੀ ਪਲੈਨਿੰਗ ਦੇ ਨਾਲ ਦੀਪ ਬਾਈ ਦਾ ਕਤਲ ਕੀਤਾ ਗਿਆ ਹੈ। ਸੋ ਸਾਨੂੰ ਇਸ ਭੁਲੇਖੇ ਵਿੱਚੋਂ ਨਿਕਲ ਜਾਣਾ ਚਾਹੀਦਾ ਹੈ ਕਿ ਇਹ ਇੱਕ ਕੇਵਲ ਕਾਰ ਐਕਸੀਡੈਂਟ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।